ਪੋਲਾ ਸਿੰਘ ਸੰਘੇੜਾ ਦੀ ਕਹਾਣੀ ਮਾਰੂਥਲ ਅਗਲਾ ਪາກ ਮਾਂ-ਬਾਪ ਨੂੰ ਮੇਰੇ ਕੱਲੀ ਕੈਰੀ ਰਹਿ ਕੇ ਦਿਨ ਕੱਟੀ ਕਰਨ ਦੀ ਚਿੰਤਾ ਸੀ ਮੈਨੂੰ ਆਪਣੇ ਘਰ ਦੀ ਚਿੰਤਾ ਸੀ ਘਰ ਛੱਡ ਕੇ ਤਾਂ ਮੇਰੇ ਕੱਖ ਪੱਲੇ ਨਹੀਂ ਸੀ ਪੈਣਾ ਇੱਥੋਂ ਹਿੱਲਣਾ ਆਪਣੇ ਆਪ ਉਜਾੜੇ ਨੂੰ ਸੱਦਾ ਦੇਣ ਵਾਲੀ ਗੱਲ ਸੀ ਮੈਨੂੰ ਸੰਭਲਣ ਲਈ ਝੜੇ ਇੱਥੇ ਲਾਈ ਰੱਖਣੇ ਪੈਣੇ ਸੀ ਸਿਆਣਿਆਂ ਨੇ ਆਖਿਆ ਕਿ ਜਿਸ ਘਰ ਚ ਧੀ ਦੀ ਡੋਲੀ ਜਾਂਦੀ ਹੈ ਉੱਥੋਂ ਹੀ ਅਰਥੀ ਉੱਠਣੀ ਚਾਹੀਦੀ ਹੈ। ਉਹਨਾਂ ਦੀ ਸੋਚ ਵਿੱਚ ਸ਼ਾਇਦ ਇਹ ਦਾ ਅਰਥ ਹੀ ਹੋਵੇ ਕਿ ਪਤਨੀ ਨੂੰ ਹਰ ਤਰ੍ਹਾਂ ਹਾਰ-ਮਾਰ ਸਹਿ ਲੈਣੀ ਚਾਹੀਦੀ ਹੈ ਤੇ ਪਤੀ ਦਾ ਸਾਥ ਨਹੀਂ ਛੱਡਣਾ ਚਾਹੀਦਾ। ਮੇਰੇ ਲਈ ਇਹ ਨਾ ਸਤਰਾਂ ਦੇ ਅਰਥ ਬਦਲ ਗਏ ਸਨ। ਪਰ ਹਾਰ-ਮਾਰ ਸਹਿ ਕੇ ਘਰ ਨਹੀਂ ਸੀ ਛੱਡਣਾ ਚਾਹੀਦਾ ਬੇਸ਼ੱਕ ਪਤੀ ਛੱਡ ਹੀ ਗਿਆ ਸੀ। ਫਿਰ ਵੀ ਮਾਂ ਤੇ ਬਾਪ ਬਾਰੂ-ਬਾਰੀ ਮੇਰੇ ਕੋਲ ਰਹਿਣ ਲੱਗ ਪਏ ਸਨ। ਬਾਬ ਕਿਸੇ ਨਾ ਕਿਸੇ ਤਰੀਕੇ ਇਸ ਘਰ ਨੂੰ ਟੁੱਟਣ ਤੋਂ ਰੋਕਣਾ ਚਾਹੁੰਦਾ ਸੀ ਮੈਨੂੰ ਦੱਸੇ ਬਗੈਰ ਹਰ ਹੀਲਾ ਵਰਤਿਆ ਕਰਤਾਰ ਸਿੰਘ ਦੀਆਂ ਮਿੰਤਾਂ ਵੀ ਕੀਤੀਆਂ ਪਰਲੇ ਵੀ ਕੀਤੀ ਉਹਨੇ ਰਿਸ਼ਤੇਦਾਰਾਂ ਤੇ ਮੋਤਬਰ ਬੰਦਿਆਂ ਰਾਹੀਂ ਦਬਾਅ ਪਾਉਣ ਤੇ ਸਮਝਾਉਣ ਦਾ ਯਤਨ ਕੀਤਾ ਪਰ ਉਹਨੇ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਉਹ ਤਾਂ ਜਣੇ ਖਣੇ ਦੇ ਗਲ ਪੈਂਦਾ ਬੋਲਿਆ ਅਹੀ ਜੀ ਬਿਘਿਆੜੀ ਦੇ ਸਾਹਮਣੇ ਫੇਰ ਬਗ ਜਾ ਮੇਰੇ ਕਰਮਾਂ 'ਚ ਫਰਕ ਹੈ ਕਿਹੜੇ ਹਾਲੀ ਮੇਰੀ ਜੜ ਲੱਗੀ ਹੈ ਤੁਸੀਂ ਫੇਰ ਉੱਜੜਨ ਲਈ ਮੈਨੂੰ ਉੱਥੇ ਭੇਜ ਦਿਓ ਕਿਤੇ ਤੁਰੀ ਫੇਰੇ ਮੇਰੇ ਕੰਨਿਓ ਮੈਂ ਕੀ ਲੈਣਾ ਉਸ ਕੰਜਰੀ ਆਪਣੇ ਪੈਰ ਪੱਕੇ ਕਰਨ ਲਈ ਮੈਨੂੰ ਬਹੁਤ ਕੁਝ ਕਰਨਾ ਪੈਣਾ ਸੀ ਅਜੇ ਤੱਕ ਘਰ ਦੀ ਇੱਕ ਖੁੱਡ ਵੀ ਮੇਰੇ ਨਾਂ ਨਹੀਂ ਸੀ ਬਿਸ਼ੱਕ ਕਬਜ਼ਾ ਜ਼ਰੂਰ ਸੀ ਆਪਣੇ ਹੱਕਾਂ ਲਈ ਪਤਾ ਨਹੀਂ ਹੋਰ ਕਿੰਨੀਆਂ ਲੜਾਈਆਂ ਲੜਨੀਆਂ ਪੈਣੀਆਂ ਸੀ ਸੋਚਿਆ ਮਨਾ ਆਖਰ ਕਦੋਂ ਤੱਕ ਕਿਸੇ ਦਾ ਆਸਰਾ ਤੱਕੇਗਾ ਮਾਂ ਬਾਪ ਨੂੰ ਮੈਂ ਆਪਣੇ ਘਰ ਜਾਣ ਬਾਰੇ ਆਖ ਦਿੱਤਾ ਉਹਨਾਂ ਦਾ ਆਪਣੇ ਘਰ ਰਹਿਣਾ ਹੀ ਠੀਕ ਸੀ ਪਿੱਛੇ ਛੋਟੀ ਭੈਣ ਕੁਆਰੀ ਬੈਠੀ ਸੀ ਉਹ ਪਿੰਡ ਚਲੇ ਗਈ ਕੱਲ ਨਾਲੋਂ ਅੱਜ ਕਾਲੀ ਹੌਲੀ ਹੌਲੀ ਸਭ ਕੁਝ ਸਹਿਜ ਹੋਣ ਲੱਗਿਆ ਘਰ ਦੀਆਂ ਕੰਧਾਂ ਨਾਲ ਚਿਪਕ ਕੇ ਖਾਮੋਸ਼ੀ ਲੈਣ ਲੱਗੀ ਘਰ 'ਚ ਨਵੀਆਂ-ਨਵੀਆਂ ਆਵਾਜ਼ਾਂ ਸਮਾਉਣ ਲੱਗੀਆਂ ਘਰ 'ਚ ਗੁਜ਼ਾਰੇ ਜੋਗੀ ਕਣਕ ਸੀ ਦੁੱਧ ਬਾਦ ਬਥੇਰਾ ਸੀ ਮੱਝਾਂ ਸੱਜਰ ਸੋਈਆਂ ਸਨ ਢੂੜੀ ਦਾ ਭਰਿਆ ਕੋਠਾ ਸੀ ਪਹਿਲਾ ਪੈਰ ਤਾਂ ਬਾਹਰ ਅੰਦਰ ਨਿਕਲਣ ਲੱਗਿਆਂ ਝਿਜਕ ਜਿਹੀ ਮਹਿਸੂਸ ਹੁੰਦੀ ਫਿਰ ਮਨ ਕਰੜਾ ਕੀਤਾ ਤੈਨੂੰ ਕਾਦੀ ਖਮੋਸ਼ੀ ਤੂੰ ਕੋਈ ਗੁਨਾਹ ਕੀਤਾ ਹੈ ਕਰਮਜੀਤ ਤੇ ਮੈਂ ਦਾਤੀ ਚੁੱਕ ਕੇ ਖੇਤੋਂ ਪੱਠੇ ਲਿਆਉਣ ਲੱਗੀ ਸੋਚਿਆ ਜਦੋਂ ਕੋਈ ਰੋਕ ਟੋਕ ਕਰੇਗਾ ਦੇਖ ਹੀ ਲਓ ਮੈਨੂੰ ਕਿਸੇ ਨੇ ਨਹੀਂ ਸੀ ਰੋਕਿਆ ਰੋਜ਼ਾਨਾ ਦੀ ਜ਼ਿੰਦਗੀ 'ਚ ਖਰਚ ਪੱਠੇ ਲਈ ਅਕਸਰ ਪੈਸਿਆਂ ਬਿਨਾਂ ਵੀ ਨਹੀਂ ਸਰਦਾ ਮੇਰੇ ਕੋਲ ਕੁਝ ਕੁ ਛਿੱਲੜ ਸਨ ਬਾਪ ਵੀ ਜੋ ਸਰਿਆ ਦੇ ਗਿਆ ਸੀ ਮਾ ਵੀ ਬਾਪ ਤੋਂ ਚੋਰੀਆਂ ਹੱਥ ਛਾੜ ਗਈ ਸੀ ਫੇਰ ਵੀ ਬੱਚਿਆਂ ਵਾਲਾ ਘਰ ਸੀ ਖਬਰੇ ਕਦੋਂ ਜ਼ਰੂਰਤ ਪੈ ਜਾਏ ਸੋਚਿਆ ਦੁੱਧ ਕਿਉਂ ਨਾ ਵੇਚ ਦਿਆ ਕਰਾਂ ਨਾਲੇ ਕਿਤੇ ਲੱਗੀ ਰਹੂੰਗੀ ਨਾਲੇ ਹੱਥ ਸੁਖਾਲਾ ਮੈਂ ਦੁੱਧ ਵੇਚਣ ਦਾ ਫੈਸਲਾ ਕੀਤਾ ਉੰਜ ਤਾਂ ਪਿੰਡ ਚੋਂ ਕਈ ਦੁੱਧ ਚੁੱਕਣ ਵਾਲਿਆਂ ਬਾਰੇ ਸੁਣਿਆ ਸੀ ਪਰ ਕਦੀ ਰੂਬਰੂ ਨਹੀਂ ਸੀ ਹੋਈ ਕਈ ਬਾਹਰੋਂ ਆਉਂਦੇ ਸੀ ਕਈ ਪਿੰਡ ਦੇ ਬੰਦੇ ਵੀ ਦੁੱਧ ਚੁੱਕਦੇ ਸੀ ਗਵੰਡਣ ਮਿੰਦੋ ਨਾਲ ਗੱਲ ਕੀਤੀ ਉਹ ਝੱਟ ਬੋਲੀ ਲੈ ਭਣੇ ਇਹ ਵੀ ਕੋਈ ਮੇਣਾ ਗੁਜਾਰਾ ਤਾਂ ਕਰਨਾ ਹੀ ਐ ਆ ਦੇਖ ਸਾਡੇ ਹੋਂ ਚੱਕਦਾ ਜੋਗਾ ਸਾਡੇ ਹੋਂ ਚੱਕਦਾ ਜੱਗਾ ਕਦੋਂ ਦਾ ਦੁੱਧ ਕਦੇ ਵਿਚਾਰਾ ਉੱਚਾ ਨਹੀਂ ਵਾ ਨੀ ਚੱਕਿਆ ਪਤਾ ਨਹੀਂ ਲੱਗਦਾ ਕਦੋਂ ਆ ਗਿਆ ਕਦੋਂ ਚਲਾ ਗਿਆ ਬਿਨਾ ਕਿਸੇ ਡਰ ਡੁੱਕਰ ਤੋਂ ਪਾਉਣ ਲੱਗ ਜਾ ਗਵਾਂ ਚ ਦੁੱਧ ਚੁੱਕਦਾ ਕਰਕੇ ਮੈਨੂੰ ਵੀ ਸੁਖਾਲਾ ਸੀ ਤੇ ਦੋ ਦਿਨ ਹੋ ਗਏ ਖੈਰ ਹੁਣ ਤਾਂ ਜੱਗਾ ਸਿੰਘ ਬਾਰੇ ਸਭ ਕੁਝ ਜਾਣਦੇ ਆ ਕਿੰਨੇ ਵਾਰ ਤਾਂ ਉਹਨੇ ਆਪਣੀ ਕਹਾਣੀ ਦੁਹਰਾਈ ਕਹਾਣੀ ਸੁਣਾਉਂਦਾ ਸੁਣਾਉਂਦਾ ਕਿੰਨੀ ਵਾਰੀ ਉਹ ਤਾਂ ਪਾਪ ਕੋਇਆ ਸੀ ਇਹ ਉਹਦਾ ਜੱਦੀ ਪਿੰਡ ਨਹੀਂ ਸੀ ਪਿਛਲੇ 20 ਸਾਲਾਂ ਤੋਂ ਇੱਥੇ ਟਿਕੇ ਰਹਿਣ ਕਰਕੇ ਹੁਣ ਉਹਨੂੰ ਬੇਗਾਨਾ ਨਹੀਂ ਸੀ ਲੱਗਦਾ ਪਿਛਲਾ ਪਿੰਡ ਇੱਥੋਂ 30 ਮੀਲ ਦੂਰ ਲੁਧਿਆਣੇ ਕੋਲ ਸੀ ਕਦੇ ਜੱਗਾ ਸਿੰਘ ਦੇ ਪਰਿਵਾਰ ਦੀ ਵੀ ਪਿੰਡ 'ਚ ਤੂਤੀ ਬੋਲਦੀ ਹੁੰਦੀ ਸੀ ਕਹਿੰਦਾ ਕੋਹ ਹੁੰਦਾ ਘਰ ਚਾਰ ਭਾਈ 40 ਖਿੱਲਿਆਂ ਦੇ ਮਾਲਕ ਖੇਤ ਦੇ ਗਵਾਂਢੀ ਨਾਲ ਵਟ ਦੇ ਮਾਮੂਲੀ ਝਗੜੇ ਨੂੰ ਲੈ ਕੇ ਰਫੜ ਪੈ ਗਿਆ ਗੱਲ ਵੱਧਦੀ ਵੱਧਦੀ ਗੰਡਾਸੀ ਕਿਰਪਾਨਾਂ ਤੇ ਆ ਗਈ ਤੇ ਇੱਕ ਦਿਨ ਖੁੱਲੇ ਟੱਕਰ ਹੋਈ ਲੜਾਈ 'ਚ ਦੋਵੇਂ ਧਿਰਾਂ ਦਾ ਇੱਕ ਇੱਕ ਬੰਦਾ ਮਾਰਿਆ ਗਿਆ ਜੱਗੇ ਹੋਰਾਂ ਨੇ ਆਪਣਾ ਬਾਪ ਗਵਾ ਲਿਆ ਸੀ ਇਹ ਲੜਾਈ ਜੱਗੇ ਕੇ ਪਰਿਵਾਰ ਲਈ ਉਜਾੜੇ ਦਾ ਕਾਰਨ ਬਣ ਗਈ ਥਾਣੇ ਕਚਹਿਰੀਆਂ 'ਚ ਪੈਸਾ ਪਾਣੀ ਵਾਂਗ ਵਹਿਣ ਲੱਗਿਆ ਜੱਗੇ ਦੀਆਂ ਦੋਵੇਂ ਭੈਣਾਂ ਆਪਣੇ ਆਪਣੇ ਹਿੱਸੇ ਦੀ ਜ਼ਮੀਨ ਵੰਡਾ ਕੇ ਲੈ ਗਈਆਂ ਅਖੀਰ ਦੋਵੇਂ ਧਿਰਾਂ ਨੂੰ ਮੌਤਵਾਰ ਬੰਦਿਆਂ ਨੇ ਸਮਝਾ-부ਝਾ ਕੇ ਰਸਤੇ ਪਾਇਆ ਜੱਗੇ ਕੇ ਲਾਣੇ ਨੇ ਪਿੰਡ ਛੱਡਣਾ ਹੀ ਬਿਹਤਰ ਸਮਝਿਆ ਬਚਦੀ ਜ਼ਮੀਨ ਵੇਚ ਕੇ ਚਾਰੇ ਭਾਈ ਥਾਂ ਥਾਈ ਖਿੰਡ ਗਏ। ਜੱਗੇ ਨੇ ਇਸ ਪਿੰਡ ਚ ਚਾਰ ਕਿੱਲੇ ਪੈਲੀ ਖਰੀਦੀ ਤੇ ਵਸਿੰਦਾ ਬਣ ਗਿਆ। ਸ਼ੁਰੂ ਸ਼ੁਰੂ ਜੱਗੇ ਦਾ ਪਿੰਡ ਚੱਕਾ ਹੀ ਦਿਲ ਨਾ ਲੱਗਿਆ। ਮਾਮੂਲੀ ਲੜਾਈ ਚ ਬਾਪ ਗੁਆਣ ਦਾ ਉਹਨੂੰ ਹਮੇਸ਼ਾ ਪਛਤਾਵਾ ਰਹਿੰਦਾ। ਭਾਵੇਂ ਲਾਕਡਾਟ ਵਾਲਿਆਂ ਵੱਲੋਂ ਹੁਣ ਪਹਿਲਾਂ ਵਾਲਾ ਖਤਰਾ ਤਾਂ ਨਹੀਂ ਸੀ। ਫਿਰ ਵੀ ਕਦੇ ਨਾ ਕਦੇ ਉਹਨੂੰ ਇੱਕ ਡਰ ਘੇਰਾ ਪਾ ਲੈਂਦਾ। ਇਹ ਡਰ ਉਹ ਤੋਂ ਤੱਕ ਨਾ ਦੂਰ ਹੁੰਦਾ ਜਦ ਤੱਕ ਉਹ ਹੱਥ ਚ ਗੰਡਾਸਾ ਨਾ ਫੜ ਲੈਂਦਾ। ਇਸ ਗੰਡਾਸੇ ਨੇ ਉਹਨੂੰ ਨਵਾਂ ਨਾਮ ਦੇ ਦਿੱਤਾ ਸੀ ਜੱਗਾ ਬੈਲੀ ਹੁਣ ਲੋਕ ਉਹਨੂੰ ਜੱਗਾ ਬੈਲੀ ਕਹਿ ਕੇ ਹੀ ਬੁਲਾਉਂਦੇ ਸੀ ਇੱਕ ਵਾਰੀ ਤਾਂ ਅੰਦਰ ਬਾਹਰ ਦੀ ਉਦਾਸੀ ਨੇ ਉਹਨੂੰ ਅਵਾਰਗੀ ਬੈਲ ਵੀ ਧੱਕਿਆ ਕਦੇ ਕਬੂਤਰ ਉਡਾਏ ਕਦੇ ਕੁੱਤੇ ਰੱਖ ਕੇ ਸ਼ਿਕਾਰ ਖੇਡਿਆ ਕਦੇ ਘੋੜੀਆਂ ਰੱਖਣ ਦਾ ਸ਼ੌਕ ਪਾ ਲਿਆ ਇੱਕ ਦਿਨ ਪਿੰਡ ਦੀ ਬੁੱਢੀ ਨੇ ਨਹੋਰਾ ਮਾਰ ਕੇ ਸਮਝਾਇਆ ਸ਼ੇਰ ਬਗਿਆ ਆਖੇ ਲੱਛਣ ਫੜ ਲਈ ਕੀ ਹੋਇਆ ਜੀ ਪਿੰਡ ਛੱਡਣਾ ਪੈ ਗਿਆ ਭੀੜਾਂ ਸੀੜਾਂ ਤਾਂ ਬੰਦਿਆਂ ਤੇ ਪੈਂਦੀਆਂ ਆਈਆਂ ਤੇਰੇ ਵਰਗੇ ਨੂੰ ਨਹੀਂ ਇਹੋ ਜੇ ਕੰਮ ਸੌਂਦੇ ਸੁੱਖ ਨਾਲ ਚਾਰ ਕਿੱल्ल्याਾਂ ਦਾ مالک ਐ ਆਪੇ ਕਦੇ ਰੱਬ ਸੁਣ ਲੂ ਖੇਤੀ ਕਰੇ ਮौज ਕਰੇ ਜਗਾ ਸਿੰਘ ਖੇਤੀ ਕਰਨ ਲੱਗਿਆ ਖੇਤ 'ਚ ਕੰਮ ਕਰਦੇ ਐ ਅਕਸਰ ਉਦਾਸ ਹੋ ਜਾਂਦਾ ਉਦਾਸੀ 'ਚ ਕੁਛ ਨਾ ਔੜਦਾ ਉਹਦਾ ਖੇਤ ਦੀ ਮਿੱਟੀ ਨਾਲ ਮੋਹ ਵੀ ਨਾ ਜੁੜਦਾ ਉਹ ਸੋਚਦਾ ਐ ਇਸੇ ਮਿੱਟੀ ਨੇ ਮੇਰਾ ਘਰ ਬਰਬਾਦ ਕਰਤਾ ਕੰਮ ਚੁੱਕਾ ਹੀ ਦਿਲ ਨਾ ਲੱਗਦਾ ਆਖਰ ਜ਼ਮੀਨ ਠੇਕੇ ਤੇ ਦੇ ਦਿੱਤੀ ਪਿੰਡ ਦੀ ਮਿੱਟੀ ਨੇ ਵੀ ਉਸ ਨਾਲ ਘਟ ਨਹੀਂ ਸੀ ਗੁਜ਼ਾਰੀ। ਉਹਨੇ ਡੂੰਗੇ ਜ਼ਖਮ ਕਰਨ ਵਾਲੀ ਪਿੰਡ ਦੀ ਮਿੱਟੀ ਨੂੰ ਅਲਵੇਦਾ ਕਹੀ ਸੀ ਪਰ ਇਸ ਮਿੱਟੀ ਨੇ ਉਹਦੇ ਨਾਂ ਨਾਲ ਵੈਲੀ ਜੋੜ ਕੇ ਜ਼ਖਮ ਫੇਰ ਹਰੇ ਕਰਦੇ ਸੀ। ਵੈਲੀ ਸ਼ਬਦ ਵਿੱਚ ਹੀ ਬੜਾ ਕੁਝ ਛੁਪਿਆ ਹੋਇਆ ਸੀ। ਸੁਣਨ ਵਾਲਾ ਆਪਣੇ ਆਪ ਹੀ ਕਹਾਣੀਆਂ ਬੁਣਨ ਲੱਗ ਜਾਂਦਾ। ਭਾਵੇਂ ਮੂੰਹ ਤੇ ਤਾਂ ਵੈਲੀ ਨਹੀਂ ਸੀ ਆਖਦਾ ਪਰ ਜੱਗਾ ਇਸ ਬਾਰੇ ਕੁਝ ਅਣਜਾਣ ਨਹੀਂ ਸੀ। ਕਿਸ-ਕਿਸ ਦੀ ਜ਼ੁਬਾਨ ਫੜੇ। ਸੋਚਦਾ-ਸੋਚਦਾ ਹੋਰ ਵੀ ਸੁੰਗੜ ਜਾਂਦਾ। ਚਾਰ ਖੇਲਿਆਂ ਦੇ ਸਿਰ ਤੇ ਕਿਸੇ ਵੈਲੀ ਮੁੰਡੇ ਨੂੰ ਕਿਹੜਾ ਕੁੜੀ ਵਿਆਹਦਾ ਜੱਗਾ ਪੱਕੀ ਉਮਰ ਦਾ ਹੋ ਗਿਆ ਸੀ ਆਖਰ ਇੱਕ ਮੁੱਲ ਦੀ ਤੀਵੀ ਵੀ ਲਿਆਂਦੀ ਪਰ ਰਿਸ਼ਤਿਆਂ ਨੂੰ ਕੌਣ ਖਰੀਦੇ ਮਹੀਨੇ ਬਾਅਦ ਜੋ ਵੀ ਹੱਥ ਲੱਗਿਆ ਲੈ ਕੇ ਜੱਗੇ ਨੂੰ ਫੇਰ ਉਜਾੜ ਗਈ ਫਿਰ ਉਹਨੇ ਦੁੱਧ ਪਾਉਣ ਦਾ ਕਿਤਾ ਆਰੰਭਿਆ ਪਹਿਲਾਂ ਪਹਿਲ ਚਾਰ ਮੱਝਾਂ ਆਪ ਖਰੀਦੀਆਂ ਸਾਈਕਲ ਤੇ ਢੋਲ ਲੈ ਕੇ ਦੁੱਧ ਸ਼ਹਿਰ ਪਾਉਣ ਜਾਂਦਾ ਫਿਰ ਹੋਰ ਘਰਾਂ ਦਾ ਦੁੱਧ ਚੁੱਕਣ ਲੱਗਿਆ ਜੱਗੇ ਦੀ ਆਵਾਰਗੀ ਖਤਮ ਹੋ ਗਈ ਚਾਰ ਪੈਸੇ ਹੱਥ ਹੋਣ ਲੱਗੇ ਇਸ ਤਰ੍ਹਾਂ ਜੱਗੇ ਦੇ ਨਾਂ ਨਾਲ ਹੁਣ ਇੱਕ ਹੋਰ ਨਾਂ ਜੁੜ ਗਿਆ ਦੁੱਧ ਦੀ ਜੱਗਾ ਦੁੱਧ ਦੀ ਉਹ ਮੇਰੇ ਘਰੋਂ ਸਵੇਰ ਸ਼ਾਮ ਦੁੱਧ ਲਿਜਾਣ ਲੱਗਿਆ ਸੀ ਜੋ ਵਕਤ ਉਹਨੇ ਦਿੱਤਾ ਸੀ ਉਸ ਤੋਂ ਪਹਿਲਾਂ ਹੀ ਆਹ ਸਾਈਕਲ ਦੀ ਘੰਟੀ ਵਜਾ ਦਿੰਦਾ ਮੈਂ ਜੇ ਮੱਝ ਦੀ ਧਾਰ ਕੱਢ ਰਹੀ ਹੁੰਦੀ ਕਈ ਵਾਰ ਉਹ ਮੇਰੇ ਮੱਝ ਹੀਠ ਬੈਠਣ ਤੋਂ ਪਹਿਲਾਂ ਹੀ ਆ ਜਾਂਦਾ ਉਹ ਉਪਰਾ ਮਰਦ ਸੀ ਝਿਜਕਤਾ ਹੋਣੀ ਸੀ ਮੈਂ ਧਾਰ ਕੱਢ ਕੇ ਬਾਲਟੀ ਵਿਹੜੇ 'ਚ ਰੱਖ ਦਿੰਦੀ ਵੱਡੀ ਕੁੜੀ ਮੇਰੇ ਇਸ਼ਾਰੇ ਨਾਲ ਬਾਲਟੀ ਕੋਲ ਆ ਕੱਢਦੀ ਉਹਨਾਂ ਦੇ ਅੱਖ ਨਾਲ ਮੈਂ ਵੀ ਲੀਟਰਾਂ ਦੀ ਗਿਣਤੀ ਮਿੰਤੀ ਕਰਦੀ ਰਹਿੰਦੀ ਉਹਨੇ ਕਦੇ ਵੀ ਅੱਖ ਪਟਕੇ ਮੇਰੇ ਵੱਲ ਨਹੀਂ ਸੀ ਵੇਖਿਆ ਕਦੇ ਕੋਈ ਵੱਧ ਘਟ ਗੱਲ ਵੀ ਨਹੀਂ ਸੀ ਕੀਤੀ ਇਸ ਗੱਲੋਂ ਸਾਰੇ ਉਹਦੀ ਤਾਰੀਫ ਕਰਦੇ ਸੀ ਫਿਰ ਉਹ ਮਿੱਥੇ ਵਕਤ ਤੋਂ ਪਛੜ ਕੇ ਆਉਣ ਲੱਗਿਆ ਧਾਰ ਚੋ ਕੇ ਮੈਂ ਬਾਲਟੀ ਕਿੱਲੇ ਤੇ ਟੰਗ ਦਿੰਦੀ ਉਹ ਕੰਟੀ ਮਾਰ ਕੇ ਵੇੜੇ ਚਾਉਂਦਾ ਮੈਂ ਬਾਲਟੀ ਅੱਗੇ ਰੱਖ ਕੇ ਕੰਮ ਧੰਦੇ ਕਰਨ ਲੱਗ ਜਾਂਦੀ ਉਹਦੇ ਜਾਣ ਤੋਂ ਬਾਅਦ ਖਾਲੀ ਬਾਲਟੀ ਚੁੱਕਦੀ ਫਿਰ ਤਾਂ ਕਦੀ 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 ਕਦਾਈ ਉਹ ਆਪ ਹੀ ਕਿੱਲੇ ਤੋਂ ਬਾਲਟੀ ਲਾ ਲੰਦਾ ਆਖਰ ਇੱਕ ਦਿਨ ਤਾਂ ਉਹ ਬੋਲ ਹੀ ਪਿਆ ਤੁਹਾਡੇ ਵਰਗਾ ਦੁੱਧ ਘਰ ਘਰ ਹੋਵੇ ਫਿਰ ਕੀ ਅੰਤ ਐ ਲੋਕ ਤਾਂ 100 100 ਹੀਰਾ ਫੇਰੀਆਂ ਕਰਦੀ ਐ ਤਾਂ ਹੀ ਸਾਨੂੰ ਸਿਰ ਤੇ ਖੜ ਕੇ ਚਵਾਉਣਾ ਪੈਂਦਾ ਤੁਹਾਡੇ ਵਰਗਾ ਦੁੱਧ ਤਾਂ ਰੁਪਿਆ 89 ਵੱਧ ਵੀ ਨਹੀਂ ਦੁਖਦਾ ਪਤਾ ਨਹੀਂ ਉਹ ਇਹ ਗੱਲ ਕਦੋਂ ਕਦਾ ਆਖਣ ਨੂੰ ਫਿਰਦਾ ਸੀ ਦੋਹਾਂ ਧਿਰਾਂ ਨੂੰ ਇੱਕ ਦੂਜੇ ਤੇ ਵਿਸ਼ਵਾਸ ਸੀ ਉਹਨੂੰ ਦੁੱਧ 'ਚ ਕਿਸੇ ਰਲੋਟ ਦਾ ਡਰ ਨਹੀਂ ਸੀ ਤੇ ਮੈਨੂੰ ਵੱਧ ਘੱਟ ਪਾਉਂਦਾ ਇੱਕ ਦਿਨ ਉਹ ਨੀਵੀ ਜੀ ਪਾ ਕੇ ਬੋਲਿਆ ਜੇ ਕੋਈ ਕੰਮ ਧੰਦਾ ਕਰਨਾ ਹੁੰਦਾ ਜੀ ਬੇਸ਼ੱਕ ਦੁੱਧ ਵਾਲੀ ਬਾਲਟੀ ਕਿੱਲੇ ਤੇ ਟੰਗ ਦਿਆ ਕਰੋ ਮੇਰੇ ਕੰਨਿਓ ਕਿਸੇ ਕਿਸਮ ਦੀ ਚਿੰਤਾ ਨਾ ਕਰਿਓ ਥੋਡੇ ਵੱਲ ਤਾਂ ਹੁਣ ਸਭ ਤੋਂ ਪਿੱਛੋਂ ਹੀ ਢੇੜਾ ਮਾਰਿਆ ਕਰੋ ਅਚਾਨਕ ਇੱਕ ਰਾਤ ਲਈ ਮੈਨੂੰ ਘਰੋਂ ਬਾਹਰ ਇੱਕ ਰਿਸ਼ਤੇਦਾਰੀ 'ਚ ਰਹਿਣਾ ਪੈ ਗਿਆ ਘਰ ਤੇ ਕੁੜੀਆਂ ਨੂੰ ਸੁੰਨਾ ਨਹੀਂ ਸੀ ਛੱਡਣਾ ਚਾਹੁੰਦੀ ਤੇ ਨਾ ਹੀ ਦੁੱਧ ਦਾ ਨਾਗਾ ਪਾਉਣਾ ਚਾਹੁੰਦੀ ਸੀ ਇਸ ਲਈ ਮਾਂ ਨੂੰ ਬੁਲਾ ਲਿਆ ਸੀ ਪਤਾ ਲੱਗਿਆ ਜਦੋਂ ਉਹਨੇ ਸ਼ਾਮ ਨੂੰ ਘੰਟੀ ਖੜਕਾਈ ਬਾ ਨੇ ਇੱਕ ਮੱਝ ਦੀ ਧਾਰ ਕੱਢ ਲਈ ਸੀ ਪਰ ਜਦੋਂ ਦੂਜੀ ਬੈਠੀ ਤਾਂ ਮੱਝ ਨੇ ਬਾਲਟੀ ਪਰਾਂ ਮਾਰੇ ਬਾਲਟੀ ਦਾ ਪਾਣੀ ਡੁੱਲ ਗਿਆ ਸੀ ਬਾ ਇੱਕਦਮ ਉੱਠ ਕੇ ਪਰਾਂ ਹੋ ਗਈ ਇੱਕ ਮਿੰਟ ਮਾਂ ਤੂੰ ਵਾਸੇ ਹੋ ਮੈਂ ਦੇਖਦਾ ਕਹਿ ਕੇ ਜੱਗਾ ਖੁਰਲੀ ਚ ਪਏ ਕੱਖਾਂ ਚ ਹੱਥ ਮਾਰਨ ਲੱਗ ਪਿਆ ਫਿਰ ਉਹਨੇ ਬੁਸ਼ਕਰ ਮਾਰ ਕੇ ਹੌਲੀ ਹੌਲੀ ਮੱਝ ਦੇ ਪਿੰਡੇ ਤੇ ਹੱਥ ਫੇਰਿਆ ਫਿਰ ਬਾਲਟੀ ਚ ਪਾਣੀ ਲੈ ਕੇ ਜਾ ਬੈਠਿਆ ਪਹਿਲਾਂ ਥਣਾ ਤੇ ਪਾਣੀ ਦੇ ਛਿੱਟੇ ਮਾਰੇ ਫਿਰ ਹੌਲੀ-ਹੌਲੀ ਧਾਰ ਕੱਢਣ ਲੱਗਿਆ ਮੱਝ ਟਸ ਤੋਂ ਮਸਰੀ ਨਹੀਂ ਸੀ ਹੋਈ ਹਾਂ ਕਦੇ-ਕਦੇ ਹੀ ਮੂੰਹ ਮਾਰਦੀ ਬੂਥੀ ਉੱਪਰ ਚੱਕ ਕੇ ਮਾਂ ਵੱਲ ਜ਼ਰੂਰ ਕਨੱਖਾ ਕਨੱਖਾ ਦੇਖਦੀ ਹਿੱਲਣ ਦੇ ਡਰੋਂ ਮਾਂ ਉਹਦੀਆਂ ਨਜ਼ਰਾਂ ਤੋਂ ਪਾਸੇ ਹੋ ਗਈ ਸੀ ਦੁੱਧ ਚੋਕ ਕੇ ਦੁੱਧ ਚੋਕ ਕੇ ਉਹਨੇ ਮੱਝ ਨੂੰ ਥਾਪੀ ਦਿੱਤੀ ਤੇ ਫਿਰ ਕਿਸੇ ਜਿੱਤ ਦੀ ਖੁਸ਼ੀ 'ਚ ਬੋਲਿਆ ਲੈ ਮਾਂ ਤੂੰ ਤਾਂ ਆਵੇਂ ਕਦੇ-ਕਦੇ ਮੈਂ ਤਾਂ ਰੋਜ਼ ਆਉਣਾ ਮੈਨੂੰ ਹੁਣ ਇਹ ਉਪਰਾਂ ਨਹੀਂ ਸਮਝਦੀ ਸਤ ਮੋਤੀ ਜੱਗਾ ਹੁਣ ਇਸ ਘਰ ਲਈ ਕੋਈ ਉਪਰਾ ਨਹੀਂ ਸੀ ਰਿਆ ਉਹਦੀ ਪਛਾਣ ਤਾਂ ਘਰ ਦੇ ਪਸ਼ੂਆਂ ਨੇ ਵੀ ਕਰ ਲਈ ਸੀ ਮੈਨੂੰ ਹੁਣ ਉਹ ਤੋਂ ਪਹਿਲਾਂ ਵਾਲੀ ਝਿਜਕ ਨਹੀਂ ਸੀ ਰਹੀ ਕਈ ਵਾਰ ਨਾਂ ਚਾਹੁੰਦਿਆਂ ਹਾਂ ਵੀ ਮਨ ਉਹਦੀ ਉਡੀਕ ਕਰਨ ਲੱਗ ਜਾਂਦਾ ਫਿਰ ਤਾਂ ਮੈਂ ਵੀ ਉਹਦਾ ਲਾਹਾ ਟਕਣ ਲੱਗੀ ਜੇ ਇੱਕ ਮੱਝ ਥੱਲੇ ਬੈਠੀ ਹੁੰਦੀ ਤਾਂ ਉਹਨੂੰ ਦੂਜੀ ਥੱਲੇ ਬੈਠਣ ਲਈ ਕਹਿ ਦਿੰਦੀ ਤੇ ਕਈ ਵਾਰ ਤਾਂ ਉਹਦੇ ਆਉਣ ਤੱਕ ਅਜੇ ਮੇਰੇ ਕੰਮ ਧੰਦੇ ਹੀ ਨਾ ਮੁੱਕੇ ਹੁੰਦੇ ਤੋ ਆਪ ਹੀ ਦੋਵੇਂ ਮੱਜਾਂ ਦੀ ਧਾਰ ਕੱਢ ਲੈਂਦਾ ਤੋ ਹੁਣ ਮੇਰੀ ਸਮੇ ਸਿਰ ਧਾਰਾ ਕੱਢਣ ਦੀ ਚਿੰਤਾ ਮੁੱਕ ਗਈ ਸੀ ਪਹਿਲਾਂ ਪਹਿਲ ਖਲ ਤੇ ਪਸ਼ੂਆਂ ਦੀ ਖੁਰਾਕ ਵਗੈਰਾ ਮੰਗਵਾਉਣ ਲੱਗੀ ਤਾਂ ਫਿਰ ਰਸੋਈ ਚ ਚਾਹੀਦਾ ਰਸਤ ਦਾ ਸਮਾਨ ਵੀ ਉਹ ਲਿਆਉਣ ਲੱਗਿਆ ਤੇ ਕਾਫੀ ਹੱਦ ਤੱਕ ਮੇਰੀ ਸ਼ਹਿਰ ਜਾਣ ਦੀ ਚਿੰਤਾ ਮੁੱਕ ਗਈ ਸੀ ਇਹ ਲਾਹਾ ਮੈਨੂੰ ਮਹਿੰਗਾ ਪਿਆ ਲੋਕ ਮੇਰਾ ਨਾਂ ਜੱਗੇ ਨਾਲ ਜੋੜਨ ਲੱਗੇ ਇਸ ਗੱਲ ਦਾ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਜੱਗੇ ਦੀ ਬਜਾਏ ਉਹਦਾ ਨੌਕਰ ਦੁੱਧ ਲੈਣ ਆਇਆ ਜਦੋਂ ਜੱਗੇ ਬਾਰੇ ਪੁੱਛਿਆ ਤਾਂ ਬੋਲਿਆ ਉਹ ਤਾਂ ਜੀ ਸ਼ਾਇਦ ਹੁਣ ਨਾ ਹੀ ਆਇਆ ਕਰੇ ਕਿਉਂ ਮੇਰੀ ਕਿਉਂ ਦਾ ਉਹਨੇ ਕੋਈ ਜਵਾਬ ਨਾ ਦਿੱਤਾ ਚੁੱਪਚਾਪ ਹੀ ਤਾਂ ਭਾਂਡੇ ਸੰਭਾਲਣ ਲੱਗਿਆ ਫਿਰ ਜਦੋਂ ਬੋਲਿਆ ਉਹਨੇ ਨੀਵੀਂ ਪਾਈ ਹੋਈ ਸੀ ਐਂ ਤਾਂ ਜੀ ਪਤਾ ਨਹੀਂ ਖਬਰ ਨਹੀਂ ਹੁਣ ਤਾਂ ਥੋਨੂੰ ਦੁੱਧ ਵੀ ਕਿਸੇ ਹੋਰ ਕੋਲ ਪਾਉਣਾ ਪਿਆ ਕਰ ਹੋਰ ਤਾਂ ਦੁੱਧ ਪਾਉਣ ਵਾਲੀ ਗੱਲ ਨੇ ਮੇਰੀ ਪਰੇਸ਼ਾਨੀ ਵਧਾਉਂਦੀ ਕੁਝ ਸਮਝ ਨਹੀਂ ਸੀ ਆ ਰਿਹਾ ਮੈਂ ਤਰ੍ਹਾਂ ਤਰ੍ਹਾਂ ਦੇ ਲਖਣ ਲਾਉਣ ਲੱਗੀ ਮਨਾ ਕੋਈ ਇਸ ਤਰ੍ਹਾਂ ਦੀ ਤਾਂ ਗੱਲ ਵੀ ਨਹੀਂ ਹੋਈ ਕਿ ਉਹ ਇਕਦਮ ਹਟ ਜਾਏ ਉਹ ਤਾਂ ਸੁਗੋ ਦੁੱਧ ਦੀ ਤਾਰੀਫ ਕਰਦਾ ਹੁੰਦਾ ਸੀ ਤੇ ਹੁਣ ਐਡੀ ਛੇਤੀ ਕੀ ਖੋਟ ਪੈ ਗਈ ਹੁੰਜ ਨੌਕਰ ਦੇ ਨੀਵੀ ਪਾ ਕੇ ਦਿੱਤੇ ਜਵਾਬ ਨੇ ਮੇਰੇ ਮਨ ਚ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਸੀ ਮਨ ਨੂੰ ਅੱਛ ਵੀ ਜੀ ਲੱਗੇ ਮੈਂ ਉੱਗ ਸੁਗ ਲਈ ਮਿੰਦੋ ਕੋਲ ਗਈ ਮੇਰੇ ਜਾਂਦੇ ਨੂੰ ਉਹ ਝੂਠੇ ਬਰਤਨ ਸਾਫ਼ ਕਰ ਰਹੀ ਸੀ ਕਿੰਨਾ ਕਰਦਾ ਭਣੇ ਕੰਮ ਧੰਦਾ ਮੈਂ ਕਰਾਂ ਮਦਦ ਮੈਂ ਆਲਾ ਦਵਾਲਾ ਦੇਖ ਕੇ ਗੇਟ ਲੰਘਦੀ ਹੋਈ ਬੋਲੀ ਮੇਰਾ ਕੰਮ ਤਾਂ ਮੁੱਕਦਾ ਹੀ ਮੁੱਕੂ ਮੈਨੂੰ ਤੇਰੇ ਅਰਗੀਆਂ ਮੋਜਾਂ ਕਿੱਥੇ ਉਹ ਅੱਖਾਂ 'ਚ ਸੀ ਕਿਉਂ ਮੋਜਾਂ ਨੂੰ ਕੀ ਮੇਰੇ ਨੌਕਰ ਅੱਗੇ ਪਿੱਛੇ ਫਿਰਦੇ ਐ ਲੈ ਨੌਕਰਾਂ ਅਰਗੇ ਨੌਕਰ ਸ਼ਹਿਰ ਜਾਣ ਦਾ ਤੈਨੂੰ ਫਿਕਰ ਨਹੀਂ ਧਾਰਾ ਕੱਢਣ ਦਾ ਤੈਨੂੰ ਫਿਕਰ ਨਹੀਂ ਜੱਗੇ ਨਾਲੋਂ ਕੁੜੇ ਕਿਹੜਾ ਵਧੀਆ ਨੌਕਰ ਟੱਕਰੂ ਤੈਨੂੰ ਉਹਨੇ ਜੀਬ ਕੱਢੀ ਲੁੱਚੀਏ ਕਿੱਧਰ ਨੂੰ ਗੱਲ ਦਾ ਵਾਢਾ ਤਰ ਲਿਆ ਜੇ ਤੈਨੂੰ ਲੋੜ ਐ ਭੇਜਾਂ ਜੱਗੇ ਨੂੰ ਉਹਨੇ ਕਿਹੜਾ ਵਿਚਾਰੇ ਨੇ ਜਵਾਬ ਦੇਣਾ ਚਾਹੇ ਮੱਜਾਂ ਦੇ ਨਾਲ-ਨਾਲ ਆਪਣੀਆਂ ਧਾਰਾਂ ਇਕ ਡਵਾ ਲਿਆ ਕਰੀ ਮੈਂ ਵੀ ਇੱਕ ਦੋ ਸੁਣਾਈਆਂ ਨਹੀਂ ਮੈਂ ਕੀ ਗਾ ਗਵਾਣਾ ਤੇਰੇ ਜੱਗੇ ਤੋਂ ਓਰੇ ਨੂੰ ਹੋ ਕੇ ਸੁਣ ਮੇਰੀ ਗੱਲ ਜਦੋਂ ਮੈਂ ਨੇੜੇ ਹੋ ਕੇ ਬੈਠੀ ਤਾਂ ਆਸੇ-ਪਾਸੇ ਨਜ਼ਰ ਮਾਰਦੀ ਹੋਈ ਹੌਲੀ-ਹੌਲੀ ਬੋਲਣ ਲੱਗੀ ਦੇਖ ਹਾਸੇ ਨਾਲ ਤਾਂ ਭੰਨ ਰਿਹਾ ਹਾਸਾ ਦੇਖ ਗੁੱਸਾ ਨਾ ਕਰੀ ਪਹਿਲਾਂ ਤਾਂ ਸੱਚੀ ਦੱਸ ਵੀ ਜੱਗੇ ਨਾਲ ਕੋਈ ਗਿੱਟਮਿਟ ਤਾਂ ਨਹੀਂ ਮੈਂ ਗਾਹਾਂ ਨਹੀਂ ਗੱਲ ਕਰਦੀ ਸੌ ਪਾਈਆਂ ਦੀ ਮੈਂ ਦੋਦੀ ਗੱਲ ਸੁਣ ਕੇ ਮੈਨੂੰ ਕੁਛ ਨਾ ਹੋੜਿਆ ਕਿੰਨਾ ਚਿਰ ਮੈਂ ਹੈਰਾਨੀ ਭਰੀ ਨਜ਼ਰ ਨਾਲ ਉਹਦੇ ਚਿਹਰੇ ਤੇ ਹਾਪ pau ਪੜਦੀ ਰਹੀ ਨਾ ਆ ਕੀ ਗੱਲ ਕੱਢ ਮਾਰੀ ਤੂੰ ਬੇਚਰੇ ਤੈਨੂੰ ਕਿਹੜੇ ਔਤ ਪਿੱਟੇ ਨੇ ਆਖਿਆ ਉਹੀ ਤਾਂ ਤੈਨੂੰ ਦੱਸਣ ਲੱਗੀਆਂ ਪਿੰਡ 'ਚ ਤਾਂ ਬੂ ਮਾਰਿਆ ਬੂ ਪਾਰਿਆ ਮੱਚੀ ਹੋਈ ਐ ਤੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਗੱਲ ਸੁਣ ਕੇ ਮਨ ਦੀ ਵਿੱਚ ਐਨੀ ਵੱਧ ਗਈ ਜੋ ਗੱਲ ਜੱਗੇ ਦੇ ਦੁੱਧ ਨਾ ਚੁੱਕਣ ਬਾਰੇ ਪੁੱਛਣ ਆਈ ਸੀ ਉਹ ਅੰਦਰ ਹੀ ਦੱਬ ਕੇ ਰਹਿ ਗਈ। ਮੈਨੂੰ ਭੈ ਮਾਨ ਹੋਈ ਨੂੰ ਦੇਖ ਕੇ ਉਹ ਫੇਰ ਬੋਲੀ ਉਹ ਜੱਗਾ ਜੱਗਾ ਹੀ ਐ। ਪਤਾ ਕੱਲ ਕੀ ਹੋਇਆ। ਕਹਿ ਕੇ ਉਹ ਮੇਰਾ ਹੁੰਗਾਰਾ ਉਡਿੱਕਣ ਲੱਗੀ। ਮੈਂ ਬਿਨਾਂ ਕੁਝ ਕਹੇ ਉਸ ਵੱਲ ਤੱਕਿਆ। ਹੁਣ ਮੈਂ ਸਮਝ ਗਈ ਸੀ ਕੀ ਬੋਲੇਗੀ। ਸੋਚਿਆ ਮਨਾ ਸੁਣੀ ਚੱਲ ਚੁੱਪ ਕਰਕੇ ਕਿਹੜਾ ਕਿਸੇ ਦੇ ਡਾਂਗ ਮਾਰਨੀ ਐ। ਕੱਲ ਜੇ ਹੱਥ 'ਚ ਡਾਂਗ ਸੁੱਟੀ ਹੁੰਦੀ ਖਬਰ ਨਹੀਂ ਲੱਤ ਬਾਹੀਂ ਤੋੜ ਦਿੰਦਾ ਜੱਗਾ ਤਾਂ। ਮੈਂ ਮੂੰਹ ਹੋਰ ਉੱਪਰ ਕੀਤਾ ਉਹ ਫੇਰ ਬੋਲਣ ਲੱਗੀ ਕਿਸੇ ਨੇ ਤੇਰਾ ਨਾਂ ਲੈ ਕੇ ਜੱਗੇ ਨੂੰ ਗੋਲ ਮਸ਼ਕਰੀ ਕਰਦੀ ਬਸ ਫੇਰ ਕੀ ਸੀ ਕਹਿੰਦੇ ਜੱਗੇ ਨੇ ਤਾਂ ਦਾੜੀ ਤੋਂ ਫੜ ਕੇ ਦੋ ਤਿੰਨ ਝੜਦੀਆਂ ਗੱਲ ਕਰ ਲੋਕਾਂ ਨੇ ਛੁਡਾਤਾ ਹੈਗਾ ਵੀ ਉਹ ਸੀ ਛੋਟੇ ਕੁੱਟਾਂ ਦਾ ਕੀ ਕਹਿੰਦੇ ਆ ਜੱਗਰ ਕਾਣਾ ਆਪਣੇ ਆਪ ਨੂੰ ਵੱਡਾ ਬਦਮਾਸ਼ ਕਹਾਉਂਦਾ ਸੀ ਕਿਸੇ ਨੂੰ ਗੱਲ ਹੀ ਨਹੀਂ ਕਰਨ ਦਿੰਦਾ ਭਾਂਡੇ ਟੋਕਰੇ ਚ ਰੱਖ ਕੇ ਮੇਰੇ ਵੱਲ ਹੋਈ ਚਲੋ ਹੁਣ ਤਾਂ ਟਿਕਟਕਾ ਕਰਤਾ ਪੰਚਾਇਤ ਨੇ ਤੇ ਤੈਨੂੰ ਹੋਰ ਗੱਲ ਦੱਸਾਂ ਕੱਲ ਕੁੜੇ ਜਦੋਂ ਸਾਡੇ ਘਰ ਦੁੱਧ ਲੈਣ ਆਇਆ ਤਾਂ ਸਾਈਕਲ ਦੇ ਹੈਂਡਲ ਨਾਲ ਕਿਰਪਾਨ ਬੰਨੀ ਫਿਰੇ ਮੈਂ ਕਿਹਾ ਭਾਈ ਤੂੰ ਤਾਂ ਗੰਡਾ ਸੀ ਕਿਰਪਾਨਾਂ ਜੀਆਂ ਚੱਕਣੀਆਂ ਛੜਤੀਆਂ ਸੀ ਪਤਾ ਕੀ ਕਹਿੰਦਾ ਕਹਿੰਦਾ ਕਿਹੜਾ ਕਿਸੇ ਦਾ ਜੀ ਕਰਦਾ ਕੁੜੀ ਜਾਵੇ ਲੋਕ ਚੁਕਾ ਦਿੰਦੇ ਐ ਲੋਕ ਤੇ ਰੱਬ ਜਿਵੇਂ ਚਾਹਣ ਬੰਦੇ ਨੂੰ ਉਵੇਂ ਹੀ ਰਹਿਣਾ ਪੈਂਦਾ ਮੈਂ ਕੁਛ ਨਾ ਬੋਲੀ ਉਹਨੇ ਮੇਰੇ ਚਿਹਰੇ ਵੱਲ ਵੱਲ ਗੋਂ ਨਾਲ ਦੇਖਿਆ ਫੇਰ ਜਿਵੇਂ ਮੇਰੇ ਅੰਦਰ ਹੁੰਦੀ ਉਥਲ ਪੁਥਲ ਨੂੰ ਉਹ ਵੀ ਮਹਿਸੂਸ ਕਰ ਗਿਆ ਹੋਵੇ ਉਹਨੂੰ ਲੱਗਿਆ ਜਿਵੇਂ ਮੈਂ ਉਹਦਾ ਬੁਰਾ ਮੰਨ ਗਈ ਹਾਂ ਉਹਨੇ ਗੱਲ ਦਾ ਰੁਖ ਪਲਟਿਆ ਕੁੜੇ ਕਿਤੇ ਮੇਰੀਆਂ ਗੱਲਾਂ ਦਾ ਬੁਰਾ ਤਾਂ ਨਹੀਂ ਮਨਾ ਗਈ ਤੂੰ ਤਾਂ ਉਹੀ ਪੱਥਰ ਜਾਂ ਬਣ ਕੇ ਬਹਿ ਗਈ ਇਹੋ ਜੀਆਂ ਗੱਲਾਂ ਤਾਂ ਕੱਲੀ ਕੇਰੀ ਤੀਵੇਂ ਨੂੰ ਸੁਣਨੀਆਂ ਹੀ ਪੈਂਦੀਆਂ ਨੇ ਕਿਸੇ ਲੰਡੇ ਲੁੱਚੇ ਦੀ ਬਹੁਤੀ ਪਰਵਾਹ ਨਹੀਂ ਕਰੀਦੀ ਭੌਂਕੀ ਜਾਣਦੇ ਜਿਹਨੇ ਭੌਂਕਣਾ ਕਹਿ ਕੇ ਉਹਨੇ ਮੂੰਹ પાસੇ ਕਰਕੇ ਥੁੱਕਿਆ ਗੁੱਸਾ ਭਣੇ ਦਾ ਕਰਨਾ ਮੈਂ ਚੁੰਨੀ ਨਾਲ ਸੇ ਧੱਕਿਆ ਇੱਕ ਗੱਲ ਕਹਾ ਕਿ ਆ ਕਿਉਂ ਮੇਰੀ ਅੱਖਾਂ ਚ ਚਾਕੇ ਦੇਖ ਜੇ ਤਾਂ ਤੇਰੇ ਮਨ ਨੂੰ ਚੰਗੀ ਲੱਗੀ ਫਿਰ ਤਾਂ ਠੀਕ ਹੈ ਜੇ ਬੁਰੀ ਲੱਗੀ ਮੈਂ ਪਹਿਲਾਂ ਹੀ ਮਾਫੀ ਮੰਗ ਲੈਣੀ ਆ ਉਹਨੇ ਦੋਵੇਂ ਹੱਥ ਜੋੜੇ ਅਜੇ ਤਾਂ ਤੇਰੀ ਜ਼ਿੰਦਗੀ ਬਹੁਤ ਲੰਬੀ ਹੈ ਖਬਰੇ ਕੀ ਭੁੰਨ ਕੇ ਬੀਜਿਆ ਸੀ ਪਰ ਭਣੇ ਅੰਦਰੋਂ ਆਖਦੀਆਂ ਜੇ ਦਿਲ ਮੰਨਦਾ ਫਿਰ ਜੱਗਾ ਤੇਰੇ ਲਈ ਮਾੜਾ ਨਹੀਂ ਰੋਜ਼ ਰੋਜ਼ ਦੀ ਤੋਏ ਤੋਏ ਨਾਲ ਤਾਂ ਇੱਕ ਦਿਨੀ ਜਿਹੜਾ ਕੁਝ ਹੋਣਾ ਹੋ ਜੇ ਫੇਰ ਜੇ ਕੋਈ ਮੁੜ ਕੇ ਮੂੰਹ ਖੋਲ ਗਿਆ ਕਹੀਂ ਕਹਿ ਕੇ ਉਹ ਦਰਦਿਆਂ ਜਿਹਾ ਵਾਂਗ ਮੇਰੇ ਵੱਲ ਚੱਕੀ ਮੈਂ ਇੱਕਦਮ ਉਠੀ ਤੇ ਚੁੱਪਚੀ ਪੀਤੀ ਘਰ ਨੂੰ ਚੱਲ ਪਈ ਧੰਨਵਾਦ ਚੱਲਦਾ